ਵੰਡਰ ਹੁੰਦਾ ਹੈ ਔਰ ਇਹ ਤਿੰਨੇ ਸੈਨਾਵਾਂ ਉਹਨਾਂ ਨੂੰ ਰਾਸ਼ਟਰਪਤੀ ਨੂੰ ਜਵਾਬ ਦੇ ਹੁੰਦੀਆਂ ਨੇ ਅਤੇ ਜਦੋਂ ਅਕਾਲ ਤਖਤ ਸਾਹਿਬ ਉੱਪਰ ਹਮਲਾ ਹੋਇਆ ਤਾਂ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕਹਿੰਦੇ ਨੇ ਕਿ ਗਿਆਨੀ ਜੈਲ ਸਿੰਘ ਦੇ ਹੁਕਮ ਬਿਨਾਂ ਹੋ ਨਹੀਂ ਸਕਦਾ ਸੀ ਪਰ ਇਸ 1984 ਦੇ ਵਿੱਚ ਮਈ ਮਹੀਨੇ ਦੀ 31 ਤਰੀਕ ਨੂੰ ਇੰਦਰਾ ਗਾਂਧੀ ਦੁਆਰਾ ਇੱਕ ਘੰਟੇ ਦੇ ਵਾਸਤੇ ਗਿਆਨੀ ਜੈਲ ਸਿੰਘ ਦੇ ਨਾਲ ਮੀਟਿੰਗ ਕੀਤੀ ਗਈ। ਗਿਆਨੀ ਜੈਲ ਸਿੰਘ ਨੂੰ ਫਰੀਦਕੋਟ ਦੇ ਰਾਜੇ ਨੇ ਇੱਕ ਵਾਰ ਜੀਪ ਦੇ ਮਗਰ ਬੰਨ੍ਹ ਕੇ ਘੜੀਸਿਆ ਸੀ ਅਤੇ ਉਸ ਦੇ ਪਿੱਛੇ ਕੀ ਕਾਰਨ ਸੀ ਅੱਜ ਦੀ ਵੀਡੀਓ। ਸਤਿ ਸ਼੍ਰੀ ਅਕਾਲ, ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਪਿਆਰਿਆਂ ਦਾ ਮੈਂ ਸਵਾਗਤ ਕਰਦਾ। ਔਰ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਭਾਰਤ ਦੇ ਇਕਲੌਤੇ ਸਿੱਖ ਰਾਸ਼ਟਰਪਤੀ ਦੇ ਬਾਰੇ ਗੱਲਬਾਤ ਕਰਾਂਗੇ। ਜੀ ਹਾਂ, ਮੈਂ ਗਿਆਨੀ ਜੈਲ ਸਿੰਘ ਦੀ ਗੱਲ ਕਰ ਰਿਹਾ ਹਾਂ। ਜਦੋਂ ਗਿਆਨੀ ਜੈਲ ਸਿੰਘ ਦਾ ਨਾਮ ਆਉਂਦਾ ਤਾਂ ਗਿਆਨੀ ਜੈਲ ਸਿੰਘ ਦੇ ਨਾਮ ਦੇ ਨਾਲ ਕਈ ਵਿਵਾਦ ਅਤੇ ਕਈ ਸਵਾਲ ਖੜ੍ਹੇ ਹੁੰਦੇ ਆ। ਔਰ ਉਹ ਕਿਹੜੇ ਸਵਾਲ ਨੇ? ਸਵਾਲ ਖੜ੍ਹੇ ਹੁੰਦੇ ਆ 1984 ਨੂੰ ਲੈ ਕੇ, ਸਵਾਲ ਖੜ੍ਹੇ ਹੁੰਦੇ ਆ ਉਹਨਾਂ ਦੀ 1984 ਦੇ ਵਿੱਚ ਜਿਹੜੀ ਭੂਮਿਕਾ ਰਹੀ ਆ ਉਸ ਨੂੰ ਲੈ ਕੇ, ਅਤੇ ਕਾਂਗਰਸ ਦੇ ਵਿੱਚ ਵੀ ਉਹਨਾਂ ਦੇ ਉੱਪਰ ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾਂਦੇ ਰਹੇ ਨੇ ਸਮੇਂ ਸਮੇਂ ਦੇ ਉੱਪਰ। ਗਿਆਨੀ ਜੈਲ ਸਿੰਘ ਨੂੰ ਫਰੀਦਕੋਟ ਦੇ ਰਾਜੇ ਨੇ ਇੱਕ ਵਾਰ ਜੀਪ ਦੇ ਮਗਰ ਬੰਨ੍ਹ ਕੇ ਘੜੀਸਿਆ ਸੀ ਅਤੇ ਉਸ ਦੇ ਪਿੱਛੇ ਕੀ ਕਾਰਨ ਸੀ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪੂਰੀ ਜਾਣਕਾਰੀ ਦੇ ਵਾਸਤੇ ਪੂਰੀ ਵੀਡੀਓ ਜ਼ਰੂਰ ਦੇਖਿਓ। ਸਭ ਤੋਂ ਪਹਿਲਾਂ ਗਿਆਨੀ ਜੈਲ ਸਿੰਘ ਦੇ ਜੀਵਨ ਦੇ ਬਾਰੇ ਗੱਲ ਕਰ ਲੈਂਦੇ ਹਾਂ। ਗਿਆਨੀ ਜੈਲ ਸਿੰਘ ਨੂੰ ਬਹੁਤ ਹੀ ਸ਼ਾਂਤ ਸੁਭਾਅ ਦੇ ਕਰਕੇ ਜਾਣਿਆ ਜਾਂਦਾ ਸੀ। ਗਿਆਨੀ ਜੈਲ ਸਿੰਘ ਦਾ ਸੁਭਾਅ ਬੜਾ ਸ਼ਾਂਤ ਸੀ। ਉਹਨਾਂ ਦਾ ਜਨਮ 5 ਮਈ 1916 ਨੂੰ ਸੰਧਵਾਂ ਪਿੰਡ ਦੇ ਵਿੱਚ ਹੋਇਆ, ਜੋ ਫਰੀਦਕੋਟ ਜ਼ਿਲ੍ਹੇ ਦਾ ਇੱਕ ਪਿੰਡ ਆ। ਔਰ ਸੰਧਵਾਂ ਦੇ ਵਿੱਚ ਇੱਕ ਆਮ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਇਸ ਤੋਂ ਬਾਅਦ ਉਹਨਾਂ ਨੇ ਪੜ੍ਹਾਈ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਵਿੱਚ ਕੀਤੀ। ਗਿਆਨੀ ਦੀ ਡਿਗਰੀ ਹਾਸਲ ਕੀਤੀ, ਇਸ ਕਰਕੇ ਉਹਨਾਂ ਦੇ ਨਾਮ ਦੇ ਨਾਲ ਗਿਆਨੀ ਜੈਲ ਸਿੰਘ ਜੁੜ ਗਿਆ। ਇਸ ਤੋਂ ਬਾਅਦ ਗਿਆਨੀ ਜੈਲ ਸਿੰਘ ਨੇ ਜਿਹੜੀਆਂ ਸਮਾਜਿਕ ਗਤੀਵਿਧੀਆਂ ਸੀ ਉਹਨਾਂ ਦੇ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਅਤੇ ਇਸ ਸਮੇਂ ਮੁੱਖ ਤੌਰ 'ਤੇ ਦੇਸ਼ ਦੇ ਵਿੱਚ ਆਜ਼ਾਦੀ ਨੂੰ ਲੈ ਕੇ ਜੰਗ ਲੜੀ ਜਾ ਰਹੀ ਸੀ। ਔਰ ਉਸ ਦੇ ਵਿੱਚ ਜਵਾਹਰ ਲਾਲ ਨਹਿਰੂ, ਪੰਡਿਤ ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ ਵਰਗੇ ਵੱਡੇ ਵੱਡੇ ਨੇਤਾ ਇਸ ਜੰਗ ਨੂੰ ਲੜ ਰਹੇ ਸੀ ਅਤੇ ਇਹਨਾਂ ਦੀ ਰਹਿਨੁਮਾਈ ਦੇ ਹੇਠ ਹੀ ਗਿਆਨੀ ਜੈਲ ਸਿੰਘ ਨੇ ਵੀ ਫਰੀਦਕੋਟ ਦੇ ਵਿੱਚ ਤਾਂ, ਔਰ ਇਸ ਤੋਂ ਬਾਅਦ ਜੇਲ੍ਹਾਂ ਵੇਖਣੀਆਂ ਪਈਆਂ ਅਤੇ ਇਸੇ ਕਾਰਨ ਹੀ ਫਰੀਦਕੋਟ ਦੇ ਰਾਜੇ ਦੁਆਰਾ ਉਹਨਾਂ ਨੂੰ ਜੀਪ ਦੇ ਮਗਰ ਪਾ ਕੇ ਵੀ ਘੜੀਸਿਆ ਗਿਆ। ਔਰ ਉਹਨਾਂ ਨੂੰ ਹੋਰ ਵੀ ਕਈ ਉਹਨਾਂ ਦੇ ਨਾਲ ਵਧੀਕੀਆਂ ਕੀਤੀਆਂ ਗਈਆਂ ਉਸ ਸਮੇਂ 'ਤੇ। ਵਧੀਕੀਆਂ ਦੇ ਵਿੱਚ ਉਹ ਕੁਝ ਲੋਕਾਂ ਦੁਆਰਾ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇੱਕ ਕੀੜਿਆਂ ਦੇ ਭੌਣ ਦੇ ਉੱਪਰ ਬੰਨ੍ਹ ਦਿੱਤਾ ਜਾਂਦਾ ਸੀ, ਉਹਨਾਂ ਨੂੰ ਜੀਪ ਦੇ ਮਗਰ ਪਾ ਕੇ ਘੜੀਸਿਆ ਗਿਆ। ਪਰ ਜਦੋਂ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਬਣਦੇ ਆ ਤਾਂ ਉਹਨਾਂ ਨੇ ਇਸ ਚੀਜ਼ ਦਾ ਬਦਲਾ ਨਹੀਂ ਲਿਆ, ਬਲਕਿ ਇਸ ਦੇ ਉਲਟ ਉਹਨਾਂ ਨੇ ਉਹਨਾਂ ਦੇ ਕੋਲ ਗਏ ਅਤੇ ਇਸੇ ਤਰ੍ਹਾਂ ਉਹਨਾਂ ਦਾ ਕੁਝ ਲੋਕਾਂ ਦੁਆਰਾ ਇਹ ਕਿਹਾ ਜਾਂਦਾ ਕਿ ਧੰਨਵਾਦ ਕੀਤਾ ਕਿ ਜੇਕਰ ਤੁਸੀਂ ਮੇਰੇ ਨਾਲ ਇਹ ਸਲੂਕ ਕੀਤਾ ਤਾਂ ਲੋਕਾਂ ਦੁਆਰਾ ਮੈਨੂੰ ਪ੍ਰਵਾਨ ਕੀਤਾ ਗਿਆ ਅਤੇ ਇਹ ਮੈਂ ਇੱਥੋਂ ਤੱਕ ਪਹੁੰਚ ਗਿਆ। ਇਹ ਹਲੀਮੀ, ਇਹ ਜਿਹੜੀ ਸ਼ਾਂਤੀ ਹੈ, ਇਹ ਇਸ ਤਰ੍ਹਾਂ ਦੀ ਗਿਆਨੀ ਜੈਲ ਸਿੰਘ ਹੀ ਇਸ ਤਰ੍ਹਾਂ ਦਾ ਵਿਹਾਰ ਕਰ ਸਕਦੇ ਸੀ। ਮੇਰੇ ਖਿਆਲ ਨਾਲ ਬਹੁਤੇ ਲੋਕ ਇਸ ਚੀਜ਼ ਨਾਲ ਭਾਵੇਂ ਸਹਿਮਤ ਨਹੀਂ ਹੋਣਗੇ। ਇਸ ਤੋਂ ਬਾਅਦ 1972 ਦੇ ਵਿੱਚ ਉਹ ਮੁੱਖ ਮੰਤਰੀ ਬਣਦੇ ਆ ਤਾਂ 1980 ਦੇ ਵਿੱਚ ਉਹਨਾਂ ਨੂੰ ਗ੍ਰਹਿ ਮੰਤਰੀ ਬਣਾਇਆ ਜਾਂਦਾ ਹੈ ਅਤੇ ਗ੍ਰਹਿ ਮੰਤਰੀ ਤੋਂ ਬਾਅਦ 1982 ਦੇ ਵਿੱਚ ਉਹ ਦੇਸ਼ ਦੇ ਰਾਸ਼ਟਰਪਤੀ ਬਣ ਜਾਂਦੇ ਆ। ਔਰ ਦੇਸ਼ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ 1984 ਦਾ ਸਮਾਂ ਆਉਂਦਾ ਹੈ ਅਤੇ 1984 ਦੇ ਵਿੱਚ ਮਈ ਮਹੀਨੇ ਦੀ 31 ਤਰੀਕ ਨੂੰ ਇੰਦਰਾ ਗਾਂਧੀ ਦੁਆਰਾ ਇੱਕ ਘੰਟੇ ਦੇ ਵਾਸਤੇ ਗਿਆਨੀ ਜੈਲ ਸਿੰਘ ਦੇ ਨਾਲ ਮੀਟਿੰਗ ਕੀਤੀ ਗਈ। ਬਹੁਤੇ ਲੋਕਾਂ ਦੁਆਰਾ ਇਸ ਮੀਟਿੰਗ ਦੇ ਉੱਪਰ ਸਵਾਲ ਖੜ੍ਹੇ ਕੀਤੇ ਜਾਂਦੇ ਨੇ। ਕੀ ਗੱਲਾਂ ਹੋਈਆਂ ਹੋਣਗੀਆਂ ਇਸ ਮੀਟਿੰਗ ਦੇ ਵਿੱਚ, ਇਹਦੇ ਬਾਰੇ ਤਾਂ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ, ਪਰ ਇਸ ਤੋਂ ਬਾਅਦ ਜੋ ਕੁਝ ਹੋਇਆ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈ। ਜੂਨ ਮਹੀਨੇ ਦੇ ਚੜ੍ਹਦਿਆਂ ਹੀ ਫੌਜਾਂ ਦੁਆਰਾ ਅਕਾਲ ਤਖਤ ਦੇ ਉੱਪਰ ਅਟੈਕ ਕਰ ਦਿੱਤਾ ਜਾਂਦਾ ਹੈ। ਔਰ ਇਸ ਅਟੈਕ ਨੂੰ ਲੈ ਕੇ ਗਿਆਨੀ ਜੈਲ ਸਿੰਘ ਦੇ ਉੱਪਰ ਸਵਾਲ ਖੜ੍ਹੇ ਹੁੰਦੇ ਆ, ਕਿਉਂਕਿ ਗਿਆਨੀ ਜੈਲ ਸਿੰਘ ਉਸ ਸਮੇਂ ਰਾਸ਼ਟਰਪਤੀ ਸੀ ਅਤੇ ਰਾਸ਼ਟਰਪਤੀ ਦੇ ਹੁਕਮ ਬਿਨਾਂ ਫੌਜਾਂ ਕੁਝ ਕਰ ਨਹੀਂ ਸਕਦੀਆਂ ਹੁੰਦੀਆਂ। ਤਿੰਨੇ ਸੈਨਾਵਾਂ, ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਰਾਸ਼ਟਰਪਤੀ ਦੇ ਅੰਡਰ ਹੁੰਦੀਆਂ ਨੇ। ਰਾਸ਼ਟਰਪਤੀ ਉਹਨਾਂ ਦਾ ਕਮਾਂਡਰ ਹੁੰਦਾ ਹੈ ਔਰ ਇਹ ਤਿੰਨੇ ਸੈਨਾਵਾਂ ਉਹਨਾਂ ਨੂੰ ਰਾਸ਼ਟਰਪਤੀ ਨੂੰ ਜਵਾਬ ਦੇ ਹੁੰਦੀਆਂ ਨੇ। ਅਤੇ ਜਦੋਂ ਅਕਾਲ ਤਖਤ ਸਾਹਿਬ ਉੱਪਰ ਹਮਲਾ ਹੋਇਆ ਤਾਂ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕਹਿੰਦੇ ਨੇ ਕਿ ਗਿਆਨੀ ਜੈਲ ਸਿੰਘ ਦੇ ਹੁਕਮ ਬਿਨਾਂ ਹੋ ਨਹੀਂ ਸਕਦਾ ਸੀ, ਪਰ ਇਸ ਦੇ ਉਲਟ ਗਿਆਨੀ ਜੈਲ ਸਿੰਘ ਦੁਆਰਾ ਕਿਹਾ ਗਿਆ ਕਿ ਮੈਨੂੰ ਇਸ ਚੀਜ਼ ਦਾ ਕੁਛ ਵੀ ਪਤਾ ਨਹੀਂ ਸੀ। ਇਹ ਹੁਣ ਤੱਕ ਵੀ ਕਿਹਾ ਜਾਂਦਾ ਹੈ ਕਿ ਗਿਆਨੀ ਜੈਲ ਸਿੰਘ ਨੂੰ ਇਹ ਸਾਰੇ ਕਾਸੇ ਦੇ ਬਾਰੇ ਪਤਾ ਨਹੀਂ ਸੀ। ਇਸ ਤੋਂ ਬਾਅਦ ਗਿਆਨੀ ਜੈਲ ਸਿੰਘ ਦੇ ਜਿਹੜੇ ਸੰਬੰਧ ਆ
ਉਹ ਇੰਦਰਾ ਗਾਂਧੀ ਦੇ ਨਾਲ ਸੁਖਾਵੇਂ ਨਹੀਂ ਰਹੇ ਅਤੇ ਇਹ ਲੜੀ ਚੱਲਦੀ ਗਈ ਅੱਗੇ ਰਾਜੀਵ ਗਾਂਧੀ ਦੇ ਨਾਲ ਵੀ ਬਹੁਤੇ ਸੁਖਾਵੇਂ ਸੰਬੰਧ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਨਹੀਂ ਰਹੇ ਕਿਉਂਕਿ ਬਾਅਦ 'ਚੋਂ ਆ ਕੇ ਇਹਨਾਂ ਨੇ ਪਾਕਿਟ ਵੀਟੋ ਦਾ ਵੀ ਇਸਤੇਮਾਲ ਕੀਤਾ ਸੀ। ਪਰ ਆਪਾਂ ਦੁਬਾਰਾ ਫਿਰ ਅਕਾਲ ਤਖਤ ਦੇ ਜਿਹੜੇ ਉੱਪਰ ਹਮਲਾ ਹੋਇਆ, ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਹੋਇਆ, ਸਿੱਖਾਂ ਦੇ ਕਾਬਾ ਕਿਹਾ ਜਾਂਦਾ ਹੈ ਸਿੱਖਾਂ ਦਾ, ਉਸ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ, ਤਾਂ ਇਸ ਹਮਲੇ ਤੋਂ ਬਾਅਦ ਗਿਆਨੀ ਜੈਲ ਸਿੰਘ ਨੇ ਕਿਹਾ ਸੀ ਜਾਂ ਤਾਂ ਮੈਂ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਵਾਂਗਾ ਜਾਂ ਫਿਰ ਮੈਂ ਹਰਿਮੰਦਰ ਸਾਹਿਬ ਜਾਵਾਂਗਾ। ਤਾਂ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਹਰਿਮੰਦਰ ਸਾਹਿਬ ਜਾਣ ਦੀ ਔਰ ਹਰਿਮੰਦਰ ਸਾਹਿਬ ਉਹ ਗਏ ਵੀ। ਜਦੋਂ ਹਰਿਮੰਦਰ ਸਾਹਿਬ ਗਏ ਤਾਂ ਉਹਨਾਂ ਦੇ ਉੱਪਰ ਗੋਲੀ ਚੱਲੀ। 8 ਤਰੀਕ ਨੂੰ ਮੇਰੇ ਖਿਆਲ ਨਾਲ ਉਹ ਗਏ ਸੀ ਅਤੇ 8 ਤਰੀਕ ਨੂੰ ਵੀ ਉੱਥੇ ਕੋਈ ਬੰਕਰ ਦੇ ਵਿੱਚ ਜਾਂ ਕਿਸੇ ਜਗ੍ਹਾ 'ਤੇ ਕੋਈ ਸਿੱਖ ਲੁਕਿਆ ਹੋਇਆ ਸੀ, ਉਸ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ 8 ਤਰੀਕ ਨੂੰ। ਤਾਂ ਉਹ ਗੋਲੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਨਾਲ ਚੱਲ ਰਹੇ ਉਹਨਾਂ ਦੇ ਬੋਡੀਗਾਰਡ ਦੇ ਲੱਗ ਜਾਂਦੀ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਵਾਪਸ ਆਉਂਦੇ ਆ। ਰਾਸ਼ਟਰਪਤੀ ਵੱਲੋਂ ਫਿਰ ਵੀ ਅਸਤੀਫਾ ਨਹੀਂ ਦਿੱਤਾ ਜਾਂਦਾ। ਅਸਤੀਫਾ ਨਾ ਦੇਣ ਦੇ ਪਿੱਛੇ ਕਾਰਨ ਇਹ ਸੀ ਕਿ ਉਹਨਾਂ ਦੇ ਦੋਸਤ ਭਜਨ ਸਿੰਘ ਦੁਆਰਾ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ ਕਿ ਅਸਤੀਫਾ ਨਾ ਦਿੱਤਾ ਜਾਵੇ, ਕਿਉਂਕਿ ਜੇਕਰ ਉਸ ਸਮੇਂ 'ਤੇ ਰਾਸ਼ਟਰਪਤੀ ਦਾ ਅਸਤੀਫਾ ਆ ਜਾਂਦਾ ਤਾਂ ਜਿਹੜਾ ਮਾਹੌਲ ਸੀਗਾ ਉਹ ਹੋਰ ਵੀ ਗਰਮ ਹੋ ਸਕਦਾ ਸੀ, ਮਾਹੌਲ ਹੋਰ ਵੀ ਤਣਾਅਪੂਰਨ ਹੋ ਸਕਦਾ ਸੀ। ਔਰ ਰਾਸ਼ਟਰਪਤੀ ਨੇ ਆਪਣੇ ਆਪ ਨੂੰ ਇਸ ਗੱਲ ਦੇ ਨਾਲ ਡਿਫੈਂਡ ਕੀਤਾ ਕਿ ਉਸ ਸਮੇਂ ਜੇਕਰ ਮੈਂ ਅਸਤੀਫਾ ਦੇ ਦਿੰਦਾ ਤਾਂ ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਸਿੱਖ ਸੀਗੇ ਉਹਨਾਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਨੁਕਸਾਨਦੇਹ ਸੀਗਾ, ਕਿਉਂਕਿ ਸਿੱਖਾਂ ਅਤੇ ਹਿੰਦੂਆਂ ਦੇ ਵਿੱਚ ਜਾਂ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਤਣਾਅ ਵੱਧ ਜਾਣਾ ਸੀ, ਦੰਗੇ ਹੋਣ ਦੀ ਸੰਭਾਵਨਾ ਵੱਧ ਸਕਦੀ ਸੀ, ਜੋ ਅੱਗੇ ਜਾ ਕੇ ਅਕਤੂਬਰ ਮਹੀਨੇ ਦੇ ਵਿੱਚ ਹੋਇਆ ਵੀ। ਅਕਤੂਬਰ ਮਹੀਨੇ ਦੀ 31 ਤਰੀਕ ਨੂੰ ਇੰਦਰਾ ਗਾਂਧੀ ਦੇ ਗੋਲੀਆਂ ਵੱਜ ਜਾਂਦੀਆਂ ਨੇ, ਉਹਨਾਂ ਦੇ ਜਿਹੜੇ ਅੰਗ ਰੱਖਿਅਕ ਸੀਗੇ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੁਆਰਾ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਜਾਂਦਾ। ਤਾਂ ਇਸ ਤੋਂ ਬਾਅਦ ਉੱਥੇ ਜਿਹੜੇ ਦੰਗੇ ਭੜਕਦੇ ਆ, ਜਿਹੜਾ ਆਪਾਂ ਇਹ ਵੀ ਕਹਿ ਸਕਦੇ ਹਾਂ ਬਹੁਤੇ ਲੋਕਾਂ ਦੁਆਰਾ ਇਸ ਨੂੰ ਜੈਨੋਸਾਈਡ ਕਿਹਾ ਜਾਂਦਾ ਹੈ। ਸੋਚੀ ਸਮਝੀ ਸਾਜਿਸ਼ ਦੇ ਤਹਿਤ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਜਿੰਦਾ ਜਲਾ ਦਿੱਤਾ ਜਾਂਦਾ ਹੈ, ਗਲਾਂ ਵਿੱਚ ਟਾਇਰ ਪਾ ਦਿੱਤੇ ਜਾਂਦੇ ਆ। ਤਾਂ ਉਸ ਸਮੇਂ ਜਿਹੜਾ ਬੇਵੱਸ ਗਿਆਨੀ ਜੈਲ ਸਿੰਘ ਨੇ ਆਪਣੇ ਆਪ ਨੂੰ ਮਹਿਸੂਸ ਕੀਤਾ, ਉਹਨਾਂ ਦੀ ਬੇਟੀ ਗੁਰਦੀਪ ਕੌਰ ਹੈ, ਡਾਕਟਰ ਗੁਰਦੀਪ ਕੌਰ ਦੇ ਕਹਿਣ ਦੇ ਅਨੁਸਾਰ ਰਾਸ਼ਟਰਪਤੀ ਨੇ ਉਸ ਸਮੇਂ ਇੰਨਾ ਕੁ ਬੇਵੱਸ ਕੀਤਾ, ਆਪਣੇ ਆਪ ਨੂੰ ਮਹਿਸੂਸ ਕੀਤਾ ਜਿੰਨਾ ਕਿ ਸਾਰੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਦੇ ਬੇਵੱਸ ਮਹਿਸੂਸ ਨਹੀਂ ਕੀਤਾ ਸੀ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਰਾਜੀਵ ਗਾਂਧੀ ਦੇ ਨਾਲ ਸੰਪਰਕ ਕਰਨ ਦੀ, ਪਰ ਰਾਜੀਵ ਗਾਂਧੀ ਨੂੰ ਜਿਹੜਾ ਸੰਪਰਕ ਨਹੀਂ ਹੋ ਪਾਇਆ। ਰਾਜੀਵ ਗਾਂਧੀ ਦੇ ਆਫਿਸ ਵਿੱਚ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਰਾਜੀਵ ਗਾਂਧੀ ਦੇ ਉਹਨਾਂ ਨੇ ਘਰ ਦੇ ਵਿੱਚ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਗਿਆਨੀ ਜੈਲ ਸਿੰਘ ਦੇ ਨਾਲ ਸੰਪਰਕ ਰਾਜੀਵ ਗਾਂਧੀ ਦਾ ਨਹੀਂ ਹੋਇਆ। ਤਾਂ ਰਾਜੀਵ ਗਾਂਧੀ ਦੇ ਨਾਲ ਵੀ ਇਸ ਤੋਂ ਬਾਅਦ ਜਿਹੜੇ ਸੰਬੰਧ ਸੀਗੇ ਉਹ ਬਹੁਤੇ ਸੁਖਾਵੇਂ ਨਹੀਂ ਰਹੇ, ਹਾਲਾਂਕਿ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਵਾਲੇ ਵੀ ਗਿਆਨੀ ਜੈਲ ਸਿੰਘ ਸੀ। ਜਿਸ ਸਮੇਂ ਇੰਦਰਾ ਗਾਂਧੀ ਦੀ ਹੱਤਿਆ ਹੋਈ ਉਸ ਸਮੇਂ ਉਹ ਓਮਾਨ ਦੇ ਦੌਰੇ 'ਤੇ ਗਏ ਹੋਏ ਸੀ, ਤਾਂ ਉਹ ਉਸੇ ਟਾਈਮ ਓਮਾਨ ਦੇ ਦੌਰੇ ਤੋਂ ਵਾਪਸ ਆਏ ਅਤੇ ਆ ਕੇ ਉਹਨਾਂ ਨੇ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ। ਅਤੇ ਰਾਜੀਵ ਗਾਂਧੀ ਨੇ ਇਸ ਤੋਂ ਬਾਅਦ ਜੋ ਕੁਝ ਵੀ ਕੀਤਾ, ਕਿਉਂਕਿ ਰਾਜੀਵ ਗਾਂਧੀ ਨੇ ਕੀਤਾ ਇਸ ਕਰਕੇ ਕਿਹਾ ਜਾ ਸਕਦਾ ਹੈ, ਉਸ ਸਮੇਂ ਉਹਨਾਂ ਦੇ ਹੱਥ ਦੇ ਵਿੱਚ ਬਹੁਤ ਪਾਵਰ ਵੀ ਸੀਗੀ, ਉਸ ਸਮੇਂ ਦੰਗੇ ਰੁਕਵਾਏ ਵੀ ਜਾ ਸਕਦੇ ਸੀ। ਪਰ ਉਹਨਾਂ ਦਾ ਬਿਆਨ ਆਇਆ ਕਿ ਬੜਾ ਦਰਖਤ ਗਿਰਤਾ ਹੈ ਤੋ ਧਰਤੀ ਤੋਂ ਹਿਲਤੀ ਹੈ। ਇਸ ਦਾ ਮਤਲਬ ਸਿੱਧਾ ਸਿੱਧਾ ਇਹੀ ਸੀਗਾ ਕਿ ਜੇਕਰ ਕਿਸੇ ਵੱਡੇ ਬੰਦੇ ਦੀ ਮੌਤ ਹੁੰਦੀ ਹੈ ਤਾਂ ਇੰਨੀਆਂ ਕੁ ਜਾਨਾਂ ਜਾਣੀਆਂ ਜਾਇਜ਼ ਹੈ। ਕਿਸੇ ਵੀ ਪ੍ਰਧਾਨ ਮੰਤਰੀ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜਿੰਨਾ ਵੀ ਕੁਝ ਹੋਇਆ ਹੋਵੇ, ਭਾਵੇਂ ਅਸੀਂ ਪਰਿਵਾਰ ਦੇ ਮੈਂਬਰ ਨੂੰ ਖੋਇਆ ਹੋਵੇ, ਪਰ ਫਿਰ ਵੀ ਇੱਕ ਫਿਰਕੇ ਦੇ ਨਾਲ ਇਸ ਤਰੀਕੇ ਦੇ ਨਾਲ ਬਦਲਾ ਨਹੀਂ ਲਿਆ ਜਾ ਸਕਦਾ। ਇੱਕ ਜਾਤ ਦੇ ਨਾਲ, ਇੱਕ ਧਰਮ ਦੇ ਨਾਲ, ਇੱਕ ਖਾਸ ਧਰਮ ਦੇ ਲੋਕਾਂ ਨੂੰ ਟਾਰਗੇਟ ਕਰਕੇ ਇਸ ਤਰੀਕੇ ਦੇ ਨਾਲ ਬਦਲਾ ਨਹੀਂ ਲਿਆ ਜਾ ਸਕਦਾ। ਰਾਜੀਵ ਗਾਂਧੀ ਦਾ ਇਹ ਬਿਆਨ ਸੀਗਾ ਜਿਹੜਾ ਉਸ ਸਮੇਂ 'ਤੇ, ਇਸ ਨੂੰ ਬਹੁਤ ਜ਼ਿਆਦਾ ਲੋਕਾਂ ਦੁਆਰਾ ਕ੍ਰਿਟੀਸਾਈਜ਼ ਕੀਤਾ ਗਿਆ, ਬਹੁਤ ਗਲਤ ਦੱਸਿਆ ਗਿਆ। ਔਰ ਰਾਜੀਵ ਗਾਂਧੀ ਦੀ ਵੀ ਹੱਤਿਆ ਇਸੇ ਤਰ੍ਹਾਂ ਆਪਣੇ ਜਿਸ ਤਰ੍ਹਾਂ ਇੰਦਰਾ ਗਾਂਧੀ ਦੀ ਹੱਤਿਆ ਹੋਈ, ਇਸੇ ਤਰ੍ਹਾਂ ਰਾਜੀਵ ਗਾਂਧੀ ਦਾ ਵੀ ਇਸੇ ਤਰ੍ਹਾਂ ਹੀ ਮੌਤ ਹੋਈ ਸੀ। ਔਰ ਇਸ ਤੋਂ ਬਾਅਦ ਗਿਆਨੀ ਜੈਲ ਸਿੰਘ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਗਿਆਨੀ ਜੈਲ ਸਿੰਘ ਨੇ ਇੱਕ ਵਾਰ ਪੋਕਿਟ ਵੀਟੋ ਦਾ ਇਸਤੇਮਾਲ ਕੀਤਾ ਸੀ। ਪੋਕਿਟ ਵੀਟੋ ਇੱਕ ਖਾਸ ਤਰ੍ਹਾਂ ਦੀ, ਜਿਹੜੀ ਰਾਸ਼ਟਰਪਤੀ ਦੇ ਕੋਲ ਖਾਸ ਤਰ੍ਹਾਂ ਦੀ ਇੱਕ ਪਾਵਰ ਹੁੰਦੀ ਹੈ, ਉਹ ਕੋਈ ਵੀ ਬਿੱਲ ਆ ਜਿਹੜਾ ਉਹ ਪ੍ਰਧਾਨ ਮੰਤਰੀ ਜਾਂ ਕੈਬਨਿਟ ਦੁਆਰਾ ਜਿਹੜਾ ਪਾਸ ਕੀਤਾ ਜਾਂਦਾ, ਰਾਸ਼ਟਰਪਤੀ ਉਸ ਨੂੰ ਰੋਕ ਸਕਦਾ ਹੈ। ਇਸ ਸਮੇਂ 'ਤੇ ਵੀ ਬਹੁਤ ਸਾਰੇ ਲੋਕਾਂ ਦੁਆਰਾ ਪੋਕਿਟ ਵੀਟੋ ਦੀ ਗੱਲ ਕਹੀ ਜਾਂਦੀ ਸੀ ਕਿ ਰਾਸ਼ਟਰਪਤੀ ਵੀ ਇਸ ਨੂੰ ਰੋਕ ਸਕਦਾ ਹੈ, ਤਿੰਨ ਜਿਹੜੇ ਕਾਲੇ ਕਾਨੂੰਨ ਸੀਗੇ ਤਾਂ ਉਹਨਾਂ ਨੂੰ ਰੋਕਿਆ ਜਾ ਸਕਦਾ ਸੀ। ਉਹਨੇ ਪੋਕਿਟ ਵੀਟੋ ਕੀ ਹੁੰਦੀ ਹੈ ਵੈਸੇ, ਇਹਨੂੰ ਅਲੱਗ ਤੋਂ ਕਿਤੇ ਆਪਾਂ ਤੁਹਾਡੇ ਐਕਸਪਲੇਨ ਕਰ ਦਾਂਗੇ, ਪਰ ਮੈਂ ਇੱਕ ਮੁੱਖ ਤੌਰ 'ਤੇ ਕਾਰਨ ਇਸ ਦੇ ਪਿੱਛੇ ਇਹੀ ਮੰਨਦਾ ਹੈ ਕਿ ਰਾਜੀਵ ਗਾਂਧੀ ਦੇ ਨਾਲ ਉਹਨਾਂ ਦੇ ਸੰਬੰਧ ਸੁਖਾਵੇਂ ਨਹੀਂ ਰਹੇ ਸੀ, ਤਾਂ ਰਾਜੀਵ ਗਾਂਧੀ ਦੇ ਨਾਲ ਜਿਹੜੇ ਸੰਬੰਧ ਸੁਖਾਵੇਂ ਨਾ ਹੋਣ ਕਰਕੇ ਇਸ ਤੋਂ ਬਾਅਦ ਉਹਨਾਂ ਨੇ ਪੋਕਿਟ ਵੀਟੋ ਦਾ ਜਿਹੜਾ ਇਸਤੇਮਾਲ ਕੀਤਾ ਹੈ।
ਇੰਡੀਅਨ ਪੋਸਟ ਆਫਿਸ ਅਮੈਂਡਮੈਂਟ ਬਿੱਲ ਸੀਗਾ ਜਿਹੜਾ, ਇਸ ਨੂੰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੁਆਰਾ ਰੋਕ ਦਿੱਤਾ ਗਿਆ। ਔਰ 29 ਨਵੰਬਰ ਨੂੰ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਕਾਰ ਐਕਸੀਡੈਂਟ ਹੋ ਜਾਂਦਾ ਹੈ ਔਰ ਇਹ ਐਕਸੀਡੈਂਟ ਤੋਂ ਬਾਅਦ ਗੰਭੀਰ ਸੱਟਾਂ ਲੱਗਦੀਆਂ ਨੇ, ਉਹਨਾਂ ਨੂੰ ਦਾਖਲ ਕਰਾਇਆ ਜਾਂਦਾ ਹੈ। 25 ਦਸੰਬਰ ਨੂੰ ਉਹਨਾਂ ਦੀ ਜਿਹੜੀ ਮੌਤ ਆ ਉਹ ਚੰਡੀਗੜ੍ਹ ਦੇ ਇੱਕ ਹਸਪਤਾਲ ਦੇ ਵਿੱਚ ਹੋ ਜਾਂਦੀ ਹੈ। ਇਹ ਸੀ ਗਿਆਨੀ ਜੈਲ ਸਿੰਘ ਦੀ ਜੀਵਨੀ। ਤੁਹਾਨੂੰ ਇਹ ਜੀਵਨੀ ਉਹਨਾਂ ਦੇ ਬਾਰੇ ਗੱਲਾਂ ਬਾਤਾਂ ਜਾਣ ਕੇ ਕਿਸ ਤਰ੍ਹਾਂ ਦਾ ਲੱਗਿਆ ਹੈ, ਆਪਣੇ ਸੁਝਾਅ ਵਿਚਾਰ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਜੇਕਰ ਚੰਗੀ ਲੱਗਦੀ ਹੁੰਦੀ ਹੈ ਜਾਣਕਾਰੀ ਤਾਂ ਆਪਣੇ ਦੋਸਤਾਂ ਨਾਲ ਜ਼ਰੂਰ ਸਾਂਝੀ ਕਰ ਲਿਆ ਕਰੋ ਔਰ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਫੇਸਬੁੱਕ ਔਰ ਯੂਟਿਊਬ ਇੰਸਟਾਗ੍ਰਾਮ ਦੇ ਉੱਪਰ ਇੱਕੋ ਨਾਮ ਦੇ ਨਾਲ ਹੀ ਮੈਨੂੰ ਸਰਚ ਕਰ ਸਕਦੇ ਹੋ, ਉਹ ਹੈ ਵਰਿੰਦਰ ਔਲਖ। ਔਰ ਹੁਣ ਤੁਸੀਂ ਫੇਸਬੁੱਕ 'ਤੇ ਸਪੋਰਟਰ ਬਣ ਕੇ ਹੋਰ ਵੀ ਸਾਡਾ ਹੌਸਲਾ ਅਫਜਾਈ ਕਰ ਸਕਦੇ ਹੋ। ਔਰ ਦੋਸਤੋ, ਇਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹੋ। ਜੇਕਰ ਕੋਈ ਹੋਰ ਵੀ ਸੁਝਾਅ ਵਿਚਾਰ ਹੁੰਦਾ ਹੈ ਉਹ ਵੀ ਤੁਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ। ਗਿਆਨੀ ਜੈਲ ਸਿੰਘ ਦੀ ਜੀਵਨੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਇਹ ਵੀ ਸੁਝਾਅ ਵਿਚਾਰ ਜ਼ਰੂਰ ਦੱਸਿਓ। ਸਾਰੇ ਦੋਸਤਾਂ ਦਾ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ।